ਇਕ ਓਮ ਸਤਿਗੁਰ ਪ੍ਰਸ਼ਾਦ ਅੱਠ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਲਿਖਦੇ ਹੀ ਵਿਧੀ ਸ੍ਰੀ ਗੁਰੂ ਅੰਗਦ ਜੀ ਦੀਵਾਨ ਲਗਾਏ ਕਰ ਬੈਠੇ ਔਰ ਸਿੱਖ ਬੈਠੇ ਭਾਈ ਬੁੱਢੇ ਥੀ ਆਏ ਲੈ ਕਰ ਸਭ ਸਰੋਤੇ ਆਏ ਬੈਠੇ। ਭਾਈ ਪੈਂਡਾ ਮੋਖਾ ਲਿਖਣ ਲੱਗਾ ਸੰਮਤ 1526 ਕੱਤਕ ਦੀ ਪੂਰਨਮਾਸ਼ੀ ਨੂੰ ਨਾਨਕ ਜੀ ਜਨਮ ਲਿੱਤਾ। ਇਸ ਘੜੀ ਉੱਤੇ ਅੱਧੀ ਰਾਤ ਬੀਤੀ। ਉਸ ਸਮੇਂ ਅਨੁਰਾਧਾ ਨਛੱਤਰ ਸੀ। ਸ਼ੁਭ ਮਹੂਰਤ ਰਾਏ ਭੋਏ ਪੱਟੀ ਦੀ ਤਲਵੰਡੀ ਕਾਲੂ ਬੇਦੀ ਦੇ ਘਰ ਮਾਤਾ ਤ੍ਰਿਪਤਾ ਦੇ ਉਦਰ ਥੀ ਜਾਂ ਕਾਲੂ ਨੂੰ ਖਬਰ ਹੋਈ। ਕਾਲੂ ਬੇਦੀ ਦਾ ਪੁਰੋਹਿਤ ਹਰਦਿਆਲ ਸੀ, ਨਾਲੇ ਕੁਲ ਦਾ ਗੁਰਦੇਵ ਸੀ। ਕਾਲੂ ਵੱਡੇ ਵੇਲੇ ਉੱਠ ਕੇ ਹਰਦਿਆਲ ਦੇ ਘਰ ਗਿਆ। ਜਾਏ ਆਖੋ ਸੋ ਮਾਤਾ ਜੀ ਮੱਥਾ ਟੇਕਦੇ ਆ ਤਾਂ ਅੱਗੋ ਹਰਦਿਆਲ ਆਖਿਆ ਕਾਲੂ ਇਸ ਵੇਲੇ ਕਿਉਂ ਆਇਆ ਹੈ। ਕਾਲੂ ਆਖਿਆ ਜੀ ਬਾਲਕ ਨੇ ਜਨਮ ਲੀਤਾ ਹੈ, ਤੁਮ ਚੱਲ ਕੇ ਜਨਮ ਪੱਤਰੀ ਲਿਖੋ। ਤਾਂ ਹਰਦਿਆਲ ਨੇ ਕਿਹਾ ਭਲਾ ਮੈਂ ਤਾਂ ਕਾਲੂ ਮੈਂ ਸੇਵਾ ਪੂਜਾ ਕਰਕੇ ਆਉਂਦਾ ਹਾਂ, ਤੂੰ ਚੱਲ ਘਰ। ਤਾਂ ਕਾਲੂ ਆਪਣੇ ਘਰ ਆਇਆ, ਪਿੱਛੋਂ ਪੰਡਿਤ 5 ਘੜੀਆਂ ਦਿਨ ਚੜ੍ਹੇ ਆਇਆ। ਕਾਲੂ ਨੂੰ ਆਸ਼ੀਰਵਾਦ ਦਿੱਤੀ ਤਾਂ ਕਾਲੂ ਪੁਰੋਹਿਤ ਨੂੰ ਅੰਦਰ ਲੈ ਗਿਆ। ਅੱਗੇ ਕਾਲੂ ਵਿਛਾਉਣੇ ਕਰ ਰੱਖੇ ਆਹੇ, ਪੰਡਿਤ ਜੀ ਨੂੰ ਬਿਠਾਇਆ, ਪਾਧੇ ਬੈਠ ਕੇ ਆਖਿਆ ਕਾਲੂ ਕਾਗਜ਼ ਕੇਸਰ ਲੈ ਆਓ। ਤਾਂ ਕਾਲੂ ਕਾਗਜ਼ ਕੇਸਰ ਤੇ ਥਾਲੀ ਵਿੱਚ ਚਾਵਲ ਗੁੜ ਤੇ ਲੈ ਆਇਆ। ਤਾਂ ਪੰਡਿਤ ਆਖਿਆ ਕਾਲੂ ਮੈਨੂੰ ਸ਼ਬਦ ਸੁਣਾਓ ਜੋ ਉਸ ਵੇਲੇ ਕਿਆ ਸ਼ਬਦ ਲੈ ਕਰ ਜਨਮਿਆ ਹੈ, ਅਤੇ ਵਕਤ ਸੁਣਾਓ ਕਿਸ ਵਕਤ ਜਨਮ ਲਿੱਤਾ ਹੈ। ਤਾਂ ਕਾਲੂ ਆਖਿਆ ਜੋ ਜਨਮ ਦੀ ਮੈਨੂੰ ਖਬਰ ਹੈ, ਇਸ ਇੱਕ ਘੜੀ ਤੇ 2 ਪਹਿਰ ਰਾਤ ਬੀਤੀ ਤਦ ਜਨਮ ਲਿੱਤਾ ਹੈ ਸੀ, ਅਤੇ ਸ਼ਬਦ ਦੀ ਮੈਨੂੰ ਖਬਰ ਨਹੀਂ। ਤਾਂ ਪੰਡਿਤ ਆਖਿਆ ਕਾਲੂ ਅੰਦਰੋਂ ਜਾ ਕੇ ਦਾਈ ਪਾਸੋਂ ਪੁੱਛ ਲੈ। ਤਾਂ ਕਾਲੂ ਨੇ ਦੌਲਤਾਂ ਦਾਈ ਨੂੰ ਸੱਦਿਆ ਤੇ ਆਖਿਆ ਜੋ ਪੰਡਿਤ ਹੋਰੀ ਪੁੱਛਦੇ ਹਨ ਸੋ ਤੂੰ ਜਾਣਦੀ ਹੈ ਤਾਂ ਦੱਸ। ਤਾਂ ਦਾਈ ਆਖਿਆ ਪੰਡਿਤ ਜੀ ਕਿਆ ਪੁੱਛਦੇ ਹੈ। ਤਾਂ ਪੰਡਿਤ ਕਿਹਾ ਦਾਈ ਬਾਲਕ ਕਿਆ ਸ਼ਬਦ ਲੈ ਕਰ ਜਨਮਿਆ ਹੈ। ਤਾਂ ਦਾਈ ਬੋਲੀ ਪੰਡਿਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਪਰ ਅਜਿਹਾ ਬਾਲਕ ਇਸ ਤਰ੍ਹਾਂ ਕੋਈ ਨਹੀਂ ਜਨਮਿਆ। ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨਗੀ ਲੱਗ ਰਹੀ ਹੈ। ਤਾਂ ਪੰਡਿਤ ਕਿਹਾ ਸੁਣ ਕਾਲੂ ਬਾਲਕ 27 ਨਛੱਤਰੀ ਜਨਮਿਆ ਹੈ, ਜੋ ਪਹਿਲੇ 2 ਪਹਿਰਾਂ ਅੰਦਰ ਜਨਮਿਆ ਹੈ ਤਾਂ ਸ਼ਾਹੂਕਾਰ ਹੋਵੇਗਾ। ਜੇ ਪਿਛਲੇ ਪਹਿਰ ਰਾਤ ਟਲੀ ਹੋਇਆ ਜਨਮਿਆ ਹੈ ਤਾਂ ਅੱਜ ਬੜੀ ਪੂਰਬੀ ਰਾਤ ਆਹੀ, ਇਸ ਦੇ ਸਿਰ ਤੇ ਛਤਰ ਫਿਰਿਆ ਲਿਓੜੀਏ। ਮੈਨੂੰ ਬੜਾ ਅਚਰਜ ਆਉਂਦਾ ਹੈ ਜੋ ਕਰੋੜਾਂ ਛਤਰ ਫਿਰੇਗਾ। ਪੰਡਿਤ ਬੜਾ ਵਿਚਾਰਵਾਨ ਹੈ ਸੀ। ਤਾਂ ਪੰਡਿਤ ਕਿਹਾ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ। ਤਾਂ ਕਾਲੂ ਅੰਦਰ ਜਾ ਕੇ
ਬਾਲਕ ਮੰਗਿਆ ਤਾਂ ਅੱਗੋਂ ਨਾਨਕ ਜੀ ਦੀ ਮਾਤਾ ਬੋਲੀ, ਮੈਂ ਬਾਲਕ ਨਹੀਂ ਦਿੰਦੀ। ਠੰਡ ਦੇ ਦਿਨ ਹੈ ਤਾਂ ਪੰਡਿਤ ਕਿਹਾ, ਬਾਲਕ ਦੇਵੋ, ਜੋ ਕੁਛ ਬਾਲਕ ਨੂੰ ਵਿਘਨ ਹੋਵੇ ਤਾਂ ਮੈਂ ਅੱਛਾ ਕਰਾਂਗਾ। ਤਾਂ ਮਾਤਾ ਨੇ ਬਾਲਕ ਦੇ ਦਿੱਤਾ ਤਾਂ ਕਾਲੂ ਪੋਤੜਿਆਂ ਵਿੱਚ ਲਪੇਟ ਕੇ ਲੈ ਆਇਆ ਅਤੇ ਪੰਡਿਤ ਦੇ ਅੱਗੇ ਲੈ ਬੈਠਾ। ਅਤੇ ਪੰਡਿਤ ਗਿਆਨਵਾਨ ਸੀ, ਪੰਡਿਤ ਅੱਗੋਂ ਉੱਠ ਖੜਾ ਹੋਇਆ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਤਾਂ ਪੰਡਿਤ ਨੇ ਆਖਿਆ, ਜਾ ਕਾਲੂ ਲੈ ਜਾ। ਤਾਂ ਬਾਲਕ ਨੂੰ ਕਾਲੂ ਨੇ ਅੰਦਰ ਦੇ ਦਿੱਤਾ। ਫਿਰ ਕਾਲੂ ਆਏ ਕੇ ਆਖਿਆ, ਪੰਡਿਤ ਜੀ ਇਸ ਬਾਲਕ ਦਾ ਨਾਮ ਦੱਸੋ, ਜੋ ਕਹੋ ਕਿਹੇ ਮਹੂਰਤ ਜਨਮਿਆ ਹੈ, ਇਸ ਦੇ ਲੱਛਣ ਦੱਸੋ। ਤਾਂ ਪੰਡਿਤ ਨੇ ਕਿਹਾ, ਕਾਲੂ ਇਸ ਦਾ ਨਾਂ ਮੈਂ ਸੋਧ ਕੇ ਰੱਖਾਂਗਾ, 13 ਦਿਨਾਂ ਨੂੰ ਨਾਂ ਵੀ ਰੱਖਾਂਗਾ ਅਤੇ ਚੋਲਾ ਵੀ ਪਵਾਵਾਂਗਾ। ਤਾਂ ਪੰਡਿਤ ਘਰ ਨੂੰ ਆਇਆ, 13 ਦਿਨ ਵਿਚਾਰ ਕਰਦਾ ਰਿਹਾ। ਤਾਂ 13 ਦਿਨ ਹੋਏ ਤਾਂ ਪੰਡਿਤ ਆਇਆ, ਬਾਲਕ ਨੂੰ ਚੋਲਾ ਪਾਇਆ ਅਤੇ ਨਾਮ ਰੱਖਿਆ ਨਾਨਕ ਨਿਰੰਕਾਰੀ। ਤਾਂ ਕਾਲੂ ਕਿਹਾ, ਪੰਡਿਤ ਜੀ ਤੁਸਾਂ ਇਹ ਨਾਮ ਨਹੀਂ ਰੱਖਣਾ, ਇਸ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ। ਪੰਡਿਤ ਆਖਿਆ, ਕਾਲੂ ਇਹ ਵੱਡਾ ਅਵਤਾਰੀ ਹੈ, ਤੇਰੇ ਘਰ ਆਇਆ ਹੈ। ਇਹ ਵੱਡ ਅਵਤਾਰੀ ਅੱਗੇ ਕੋਈ ਨਹੀਂ ਹੋਇਆ, ਸ਼੍ਰੀ ਰਾਮ ਚੰਦਰ ਅਤੇ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ। ਸੋ ਉਹਨਾਂ ਨੂੰ ਹਿੰਦੂ ਪੂਜਦੇ ਸਨ, ਇਸ ਨੂੰ ਹਿੰਦੂ ਤੁਰਕ ਦੋਨੋਂ ਪੂਜਣਗੇ। ਇਸ ਦਾ ਨਾਮ ਜਿਵੇਂ ਅਸਮਾਨ ਵਿੱਚ ਰਹਿ ਜਾਵੇਗਾ, ਬਣ ਤ੍ਰਿਣ ਨਾਨਕ ਹੋਏ ਜਾਵੇਗਾ। ਇਸ ਤਾਂ ਹੀ ਸਮੁੰਦਰ ਰਾਹ ਦੇਵੇਗਾ ਅਤੇ ਧਰਤੀ ਵੀ ਰਾਹ ਦੇਵੇਗੇ, ਅਸਮਾਨ ਵੀ ਰਾਹ ਦੇਵੇਗਾ। ਇਹ ਇੱਕ ਨਿਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਜਪਾਵੇਗਾ, ਵੱਡਾ ਧਰਮਾਤਮਾ ਗਿਆਨੀ ਧਿਆਨੀ ਹੋਵੇਗਾ ਅਤੇ ਕੀਤੇ ਨੂੰ ਕੀਤਾ ਹੀ ਜਾਣੇਗਾ। ਬਿਨਾਂ ਪਰਮੇਸ਼ਵਰ ਹੋਰ ਕਿਸੇ ਨੂੰ ਨਹੀਂ ਜਾਣੇਗਾ। ਕਾਲੂ ਇਹ ਅਰਮਾਨ ਮੈਨੂੰ ਰਹਿਸੀ ਕਿਹਾ, ਜਾਣਾ ਮੈਂ ਇਸਦਾ ਪ੍ਰਤਾਪ ਦੇਖਾਂਗਾ ਕਿ ਨਾ ਦੇਖਾਂਗਾ, ਕਿਹਾ ਜਾਪੇ ਜੋ ਮੇਰੀ ਆਰਵਲਾ ਕਿਤਨੀ ਹੈ। ਇਹ ਵੱਡਾ ਅਵਤਾਰੀ ਜਨਮਿਆ ਹੈ, 9 ਨਾਥ 84 ਸਿੱਧ 6 ਜਤੀ 52 ਵੀਰ, 64 ਜੋਗਣੀ ਭੂਤ ਪ੍ਰੇਤ ਦੇਵ ਦਾਨਵ ਦੇਵੀਆਂ ਰਿਖੀ ਮੁਨੀ ਪੀਰ ਪੈਗੰਬਰ ਸਭ ਇਸਦੀ ਆਗਿਆ ਮੰਨਣਗੇ। ਇਹ ਆਪ ਨਿਰੰਕਾਰ ਜਗਤ ਕੇ ਉਦਾਹਰਨ ਕਰਨ ਨੂੰ ਆਇਆ ਹੈ। ਇਹ ਵਾਰਤਾ ਕਹਿ ਕੇ ਪੰਡਿਤ ਆਪਣੇ ਘਰ ਨੂੰ ਗਿਆ। ਕਾਲੂ ਸੁਣ ਕੇ ਬਹੁਤ ਪ੍ਰਸੰਨ ਹੋਇਆ ਅਤੇ ਲੱਗੇ ਬਾਲਕ ਦੀ ਪਾਲਣਾ ਕਰਨ। ਅਤੇ ਕਾਲੂ ਨੇ ਘਰ ਵਿੱਚ ਬਸਨ ਗਊਆਂ ਸੀ, ਆਏ ਲੇਕਰ ਦਾਨ ਕੀਆ, ਆਨੰਦ ਮੰਗਲਾਚਾਰ ਹੋਏ। ਸਰਬੱਤ ਪਰਿਵਾਰ ਨੇ ਖੁਸ਼ੀ ਕਰੀ, ਮਾਤਾ ਤ੍ਰਿਪਤਾ ਨੂੰ ਸਰਬੱਤ ਤ੍ਰਿਆਂ ਨੇ ਮਿਲਕਰ ਵਧਾਈ ਦਿੱਤੀ। ਮਾਤਾ ਸਰਬ ਕੋ ਅਸੀਸ ਦੇ ਦਿਨੀ ਮਾਣ ਕੀਆ।